ਜਾਚਕ ਜਨ ਜਾਚੈ ਮੰਗਦਾ ਹਾਂ ਕਿ ਪ੍ਰਭ ਦਾਨ हे ਪ੍ਰਭੂ ਜੀ ਦਾਨ ਦੇ ਮੈਨੂੰ ਇੱਕ ਕਿਹੜਾ ਆਪਣੇ ਨਾਮ ਦਾ ਗੁਣਾ ਦਾ ਭਗਤੀ ਦਾ ਪਿਆਰ ਦਾ ਭਾ ਮੈਨੂੰ ਆਪਣੇ ਨਾਲ ਜੋੜ ਕੇ ਰੱਖ ਮੈਂ ਤੇਰੇ ਘਰ ਦਾ ਮੰਗਤਾ ਹਾਂ ਔਰ ਮੈਂ ਚਾਹੁੰਨਾ ਕਿ ਮੈਂ ਤੇਰੇ ਹੀ ਘਰ ਦਾ ਮੰਗਤਾ ਬਣ ਕੇ ਰਵਾਂ ਮੈਂ ਕਦੇ ਵੀ ਕਿਸੇ ਹੋਰ ਦੇ ਸਾਹਮਣੇ ਹੱਥ ਨਾ ਆ Đਾਂ ਮੈਂ ਚਾਹੁੰਨਾ ਕਿ ਮੇਰੀ ਇਹ ਗਰਦਨ ਤੇਰੇ ਘਰ ਦੇ ਮੂਹਰੇ ਝੁਕੀ ਰਹੇ ਮੈਂ ਚਾਹੁੰਨਾ ਮੈਂ ਤੇਰੇ ਚਰਨਾਂ ਦੀ ਧੂੜ ਖਾਕ ਬਣਿਆ ਰਵਾਂ ਮੈਂ ਇਹੀ ਚਾਹੁੰਨਾ ਵੀ ਮੈਨੂੰ ਗੁਨਾ ਦਾ ਖਜ਼ਾਨਾ ਬਖਸ਼ਦਾ ਰਹਿ ਤੇ ਜੇ ਮੈਂ ਮੰਗਾ ਤਾਂ ਤੇਰੇ ਹੀ ਘਰ ਦੇ ਮੂਹਰੇ ਬਹਿ ਕੇ ਮੰਗਾ ਮੈਂ ਕਿਤੇ ਹੋਰ ਜਾ ਕੇ ਨਾ ਮੰਗਾ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਕੀ ਦੇਵੋ ਹਰ ਨਾਮ ਮਿਰਤੇ ਕਿਰਪਾ ਕਰ ਦਾਤਿਆ ਮੈਨੂੰ ਆਪਣੇ ਨਾਮ ਦਾ ਦਾਨ ਦੇ ਮਿਰਤੇ ਕਿਰਪਾ ਕਰ ਮੈਨੂੰ ਹਰ ਨਾਮ ਦੇ ਮੈਨੂੰ ਬੰਦਗੀ ਦੇ ਮੈਨੂੰ ਆਪਣੇ ਸਿਮਰਨ ਨਾਲ ਜੋੜ ਕੇ ਰੱਖ हे दातियां ਮੈਨੂੰ ਆਪਣੀ ਐਸੀ ਨਾਮ ਦੀ ਬਖਸ਼ਿਸ਼ ਕਰ ਵੀ ਕਿਤੋਂ ਹੋਰ ਮੰਗਣੇ ਨਾ ਪੈ ਜਾਣ ਮੈਨੂੰ ਅਸੀਂ ਸਿੱਖ ਹੋ ਕੇ ਜੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਰੋਜ਼ ਅਰਦਾਸ ਕਰਕੇ ਇਹ ਚੀਜ਼ ਨਾ ਮੰਗੀਏ ਤੇ ਆਪਾਂ ਆਸੇ ਪਾਸੇ ਜਾ ਕੇ ਤੁਰੇ ਫਿਰੇ ਤੇ ਫਿਰ ਗਲਤ ਗੱਲ ਹੀ ਹੈ ਨਾ ਜਿਵੇਂ ਦੇਹਧਾਰੀ ਬਾਬੇ ਨਾਮਦਾਣ ਦਾ ਟਕਵੰਝ ਸ਼ੁਰੂ ਕੀਤਾ ਉਹਨਾਂ ਨੇ ਦਿੰਦੇ ਨੇ ਆਖੇ ਜੋਤ ਨਰੰჯਨ ਓ ਓੰਕਾਰ ਰੜ ਓੰਕਾਰ ਸੋਹੰ ਸਤਨਾ ਆ ਪੰਜਾਂ ਅੱਖਰਾਂ ਦਾ ਨਾਮਦਾਨ ਲੈ ਲਓ ਇਨੂੰ ਰੱਟਾ ਲਾ ਲੋ ਕਿਸੇ ਨੂੰ ਗਾਂ ਦੱਸਿਓ ਨਾ ਬੁੱਕਲ ਮਾਰ ਕੇ ਬੈਠਿਆ ਕਰੋ ਤੇ ਇਹਨੂੰ ਜਪਿਆ ਕਰੋ ਇਹਦੇ ਤੋਂ ਕੱਖ ਵਣੀ ਨਿਕਲਣ ਲੱਗਾ ਕਿਉਂਕਿ ਇਹ ਉਹਨਾਂ ਦਾ ਕਮਾਈ ਦਾ ਸਾਧਨ ਹੈ ਇੱਥੇ ਸਤਿਗੁਰੂ ਨੇ ਨਾਮ ਦੀ ਜਿਹੜੀ ਕਿਰਪਾ ਕੀਤੀ ਖੁੱਲ ਮੁਖੁੱਲੀ ਕੀਤੀ ਕੀ ਪ੍ਰਮਾਤਮਾ ਦੇ ਗੁਣ ਹੀ ਨਾਮ ਹੈ ਵਾਹਿਗੁਰੂ ਨੂੰ ਵਾਹ ਵਾਹ ਕਹਿਣਾ ਹੀ ਉਹਦਾ ਨਾਮ ਹੈ ਉਹਦੇ ਨਾਲ ਅੰਦਰੋਂ ਬਾਹਰੋਂ ਜੁੜ ਕੇ ਰਹਿਣਾ ਹੀ ਉਹਦਾ ਨਾਮ ਹੈ ਹੋਰ ਕੁਝ ਨਹੀਂ ਹੈ ਪਿਆਰਿਓ ਬਾਕੀ ਸਭ ਬਿਜ਼ਨਸ ਹੈ ਜਿਹੜਾ ਚਲਾਇਆ ਗਿਆ ਔਰ ਜਿਹਦੇ ਵਿੱਚ ਅਸੀਂ ਧੜਾ ਧੜ ਫਸੀ ਗਏ ਫਸੀ ਗਏ ਫਸੀ ਗਏ ਤੇ ਪੱਲੇ ਕੱਖ ਵੀ ਨਹੀਂ ਪਿਆ ਅਗਲੇ ਆਨੇ ਆ ਪੰਜ ਅਕੂ ਅੱਖਰ ਰੱਖ ਕੇ ਐਸਾ ਬਿਜ਼ਨਸ ਚਲਾਇਆ ਕਿ ਅਰਬਾਂ ਅੱਖਰਾਂ ਬਾਂ ਡਾਲਰ ਕਮਾ ਕੇ ਉਹ ਬਹਿ ਗਏ ਤੇ ਅਸੀਂ ਉੱਥੇ ਦੇ ਉੱਥੇ ਹੀ ਤੇ ਸਗੋਂ ਜਿਹੜੇ ਮਾੜੇ ਮੋਟੇ ਆਪਾਂ ਕਮਾਉਣੇ ਆ ਉਹ ਵੀ ਵਾਰ ਦਿੰਨੇ ਆ ਅਖੇ ਜੀ ਆਪਾਂ ਜਿੱਥੋਂ ਨਾਮਦਾਨ ਲਿਆ ਆਪਾਂ ਤਾਂ ਉੱਥੇ ਜਾਣਾ ਸਤਿਗੁਰ ਕਹਿੰਦੇ ਦਾਤਿਆਂ ਮੈਂ ਤੇਰੇ ਘਰ ਦੇ ਮੂਹਰੇ ਖੜਾ ਤੇਰੀ ਚਰਨੀ ਲੱਗਾ ਮਿਰ ਤੇ ਕਿਰਪਾ ਕਰ ਮੈਨੂੰ ਆਪਣੇ ਨਾਮ ਦੀ ਦਾਤ ਦੇ